ਭਗਵੰਤ ਕਿੱਦਾਂ ਲੱਗਦਾ ਟੇਬਲ ਤੇ ਬੈਠ ਕੇ ਰੋਟੀ ਖਾਣ ਚ? ਕਿੰਨੇ ਸਾਲ ਪਏ ਰਹੇ? 4 ਸਾਲ ਬਿਸਤਰ ਤੇ ਪਏ ਰਹੇ ਹਨਾ। ਘਰ ਦੇ ਵਿੱਚ ਵੀ ਬੜੇ ਔਖੇ ਹਾਲਾਤਾਂ ਚ ਲੈ ਕੇ ਆਏ ਸੀ, ਮੈਨੂੰ ਯਾਦ ਹੈ। ਬੰਦ ਕਮਰੇ ਦੇ ਨਾ। ਹੁਣ ਦੇਖੋ ਮਤਲਬ ਕਿ ਇਹ ਇਨਸਾਨਾਂ ਵਾਂਗ ਬਹਿ ਕੇ ਖਾਣਾ ਆਪਾਂ ਗਲਤ ਨਹੀਂ ਕਰ ਰਹੇ, ਵਧੀਆ ਲੱਗਦਾ ਨਾ ਕਿ ਹਾਂ ਬੰਦਾ ਆਪ ਟੇਬਲ ਤੇ ਬੈਠ ਕੇ ਰੋਟੀ ਖਾ ਰਿਹਾ ਨਾ। ਸੋ ਘਰੋਂ ਨਿਕਲਣਾ ਪੈਂਦਾ ਨਾ, ਘਰੋਂ ਬੈਡ ਬੈਡ ਛੱਡਣਾ ਪੈਣਾ ਹੈ ਨਾ, ਸਮਾਂ ਦੇਣਾ ਪੈਂਦਾ, ਸਾਰਾ ਕੁਝ ਜ਼ਿੰਦਗੀ ਵਾਪਸ ਆ ਜਾਂਦੀ। ਕਿੱਥੋਂ ਆਏ ਹੋ? ਕਿੰਨੇ ਸਾਲ ਬਾਅਦ ਬੈਠ ਕੇ ਇੱਦਾਂ ਕੋਈ ਕੰਮ ਕਰ ਰਹੇ ਹੋ? 4 ਸਾਲ ਬਾਅਦ। ਹੈਂ? 4 ਸਾਲ ਬਾਅਦ। 4 ਸਾਲ ਤੇ ਬਿਸਤਰ ਤੇ ਸੀਗੇ? 4 ਸਾਲ ਬਿਸਤਰ ਤੇ ਸੀ ਘਰ ਦੇ ਅੰਦਰ। ਹੈਂ? ਘਰ ਦੇ ਅੰਦਰ ਚੱਕ ਕੇ ਬੱਚੀ ਬਾਹਰ ਰੱਖ ਲੈਂਦੇ ਸੀ। ਸੱਚੀ ਦੱਸਿਓ ਕਿਵੇਂ ਲੱਗ ਰਿਹਾ ਆਪ? ਕੁਛ ਵੀ ਕਰਕੇ, ਚਾਹੇ ਤੁਸੀਂ ਇੱਥੇ ਭਾਂਡੇ ਮਾਂਜਣ ਦੀ ਸੇਵਾ ਕਰ ਦਿੰਦੇ ਹੋ, ਚਾਹੇ ਪਿਆਜ਼ ਵੱਢ ਰਹੇ ਹੋ, ਚਾਹੇ ਕੁਛ ਵੀ ਕਰ ਰਹੇ ਹੋ, ਲੱਗਦਾ ਕੁਛ ਵਾਪਸੀ ਕਰ ਰਹੇ ਹੋ ਜ਼ਿੰਦਗੀ ਚ? ਸਭ ਕੁਛ ਜੀ, ਬਾਹਰ ਸਾਨੂੰ ਬਾਹਰ ਦੀ ਹਵਾ ਮਿਲਦੀ ਹੈ, ਹਰ ਚੀਜ਼ ਦੇਖਣ ਨੂੰ ਮਿਲਦੀ, ਖੁਸ਼ ਹੁੰਦਾ ਸੀ ਸਾਨੂੰ ਬਾਹਰ ਕੰਮ ਮਿਲੇ। ਉਹ ਟਾਈਮ ਯਾਦ ਆ ਜਦ ਅੰਦਰ ਪਏ ਦੀਵਾਰਾਂ ਦੇਖਦੇ ਹੁੰਦੇ ਸੀਗੇ? ਉਹ ਟਾਈਮ ਯਾਦ ਆ ਜੀ, ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸਾਡੀ, ਤੁਸੀਂ ਵੀਰ ਜੀ ਹੋਣੀ, ਦੀਦੀ ਜੀ ਹੋਣੀ। ਹੁਣ ਤੁਹਾਡਾ ਆਤਮ ਵਿਸ਼ਵਾਸ ਵੱਧ ਰਿਹਾ ਕਿ ਹਾਂ ਮੈਂ ਕੰਮ ਕਰ ਸਕਦਾ, ਕਈ ਤਰ੍ਹਾਂ ਦੇ ਕੰਮ ਕਰ ਸਕਦਾ ਮੈਂ, ਹੈਨਾ। ਹੁਣ ਮਲ ਮੂਤਰ ਆਪ ਕਰਦੇ ਹੋ? ਸਫਾਈ ਆਪਣੀ ਆਪ ਕਰਦੇ ਹੋ ਤੇ ਛੋਟੇ ਵੱਡੇ ਕੰਮ ਵੀ ਕਰ ਰਹੇ ਹੋ ਘਰ, ਜੋ ਘਰਾਂ ਦੇ ਵਿੱਚ ਆਪਾਂ ਕਰਦੇ ਹਾਂ ਨਾ, ਹੌਲੀ ਹੌਲੀ ਹੋਰ ਆਪਾਂ ਅੱਗੇ ਵਧਣਾ, ਇਹ ਸ਼ੁਰੂਆਤ ਹੈ। ਛੋਟੇ ਵੱਡੇ ਕੰਮ ਕਰਦੇ ਰਹੋਗੇ ਤੁਹਾਨੂੰ ਤੁਹਾਡਾ ਆਤਮ ਵਿਸ਼ਵਾਸ ਵਧੀ ਜਾਣਾ। ਇੰਨਾ ਵਿਸ਼ਵਾਸ ਹੈਗਾ ਜੀ, ਇੱਥੇ ਸੇਵਾ ਜ਼ਰੂਰ ਕਰਨ ਲੱਗ ਪਊਗਾ ਤੇ ਕਰਾਂਗੇ, ਕਰਨ ਲੱਗ ਹੋਊਗਾ ਵੀ ਕਰਾਂਗੇ। ਪਰਮਾਤਮਾ ਨੇ ਬਣਾਇਆ ਜੀ। ਮੈਨੂੰ ਯਾਦ ਹੈ, ਦੇਖੋ ਭੈਣ ਜੀ ਉਹਨਾਂ ਨੇ, ਤੁਹਾਡੇ ਵਾਈਫ ਨੇ ਇਹਨਾਂ ਦੇ ਭਰਾ ਨੂੰ ਜੋ ਜਾ ਕੇ ਉੱਪਰ ਗੱਲਾਂ ਬੋਲੀਆਂ ਨੇ, ਸ਼ਬਦ ਬੋਲੇ, ਉਹਦੇ ਨਾਲ ਜ਼ਿੰਦਗੀ ਬਚ ਗਈ। ਨਹੀਂ ਉਹ ਹਾਰ ਚੱਲਿਆ ਸੀ ਇੱਕ ਵਾਰੀ, ਉਹ ਮੈਂ ਨਹੀਂ ਕਰ ਸਕਦਾ, ਉਹ ਤੁਸੀਂ ਕਰ ਸਕਦੇ ਹੋ, ਤੁਸੀਂ ਇੱਥੇ ਹੋ ਨਾ। ਉਹ ਜਿਹੜਾ ਉਹਨੂੰ ਹੌਸਲਾ ਦਿੱਤਾ ਨਾ, ਇਹ ਬਹੁਤ ਇਹ ਜਿਹੜਾ ਥਾਪੜਾ ਹੈ ਨਾ, ਥੋੜ੍ਹਾ ਜਿਹਾ ਦੇਣਾ ਪਿੱਟ 'ਤੇ, ਹਾਂ ਕੋਈ ਨਹੀਂ ਪੁੱਤ ਹੋ ਜਾਏਗਾ, ਠੀਕ ਹੋ ਜਾਏਗਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਵੀ ਇਹਨਾਂ ਨੂੰ ਵੀਰ ਜੀ ਹੋਣਾ ਦੇਖ ਕੇ, ਸਾਰੇ ਜਣ ਦੇਖ ਕੇ ਹੌਸਲਾ ਵਧਿਆ ਕਿ ਅਸੀਂ ਕਰ ਸਕਦੇ ਹਾਂ। ਰੋਟੀ ਨਾ ਇੱਥੇ ਡਾਇਨਿੰਗ ਟੇਬਲ ਤੇ ਬੈਠ ਕੇ ਖਾਇਆ ਕਰੋ, ਆਪ ਬਿਸਤਰ ਤੇ ਬਹਿ ਕੇ ਨਾ ਖਾਇਆ ਕਰੋ। ਵਰਮਾ ਜੀ ਕਿਆ ਹਾਲ ਚਾਲ ਨੇ? ਵਧੀਆ। ਤੁਸੀਂ ਕਿੰਨੇ ਸਾਲ ਬਾਅਦ ਬੈਠ ਕੇ ਆਪ ਬੈਠ ਕੇ ਕਿਸੇ ਵੀ ਤਰ੍ਹਾਂ ਦਾ ਇਸ ਤੋਂ ਕੰਮ ਕਰ ਰਹੇ ਹੋ? ਥੋੜ੍ਹਾ ਉੱਚਾ ਬੋਲਿਓ। 2.5 ਸਾਲ ਬਾਅਦ। ਸੋ ਵਾਹਿਗੁਰੂ, ਦੇਸੀ ਭਾਸ਼ਾ 'ਚ ਦੱਸੀਏ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ, ਸਪਾਈਨਲ ਕੋਡ ਇੰਜਰੀ ਹੋ ਜਾਂਦੀ ਹੈ, ਉਹਨਾਂ ਦੇ ਨਾਲ ਸੇਵਾ ਸਹਿਯੋਗ ਚੱਲਦਾ, ਔਰ ਵੀਰੂਣੀ ਇਲਾਜ ਵੀ ਕਰਾ ਕੇ ਇੱਥੇ ਆਪ ਵੀ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ, ਹੈਨਾ। ਵੀਰ ਸੰਗਰੂਰ ਤੋਂ ਨੇ, ਇੱਥੇ ਇਲਾਜ ਕਰਾ ਕੇ ਆਪਣੇ ਬੈਡ ਸੋ ਠੀਕ ਕਰਾ ਕੇ ਵਿੱਚ ਸੇਵਾ 'ਚ ਹਿੱਸਾ ਪਾ ਰਹੇ, ਬਾਕੀ ਮਰੀਜ਼ਾਂ ਦੇ ਨਾਲ ਸੇਵਾ ਦੇ ਵਿੱਚ ਸਹਿਯੋਗ ਕਰ ਰਹੇ ਹੈ ਨਾ। ਸੋ ਇਹ ਸੰਗਤ ਰੂਪ 'ਚ ਇਕੱਠੇ ਰਲ ਮਿਲ ਕੇ ਚੱਲਦਾ ਨਾ।